गाइस ਕਿਵੇਂ ਹੋ ਤੁਸੀਂ ਆਈ ਹੋ ਵੀ ਤੁਸੀਂ ਸਾਰੇ ਵਧੀਆ ਹੋਗੇ ਤੇ ਅੱਜ ਦਾ ਵਲੌਗ ਆਪਣਾ ਵੀਰ ਕੰਬਾਈਨ ਦੇ ਨਾਲ ਹੀ ਆ ਤੇ ਆਪਾਂ ਆਏ ਕੰਬਾਈਨ ਚਾਲੂ ਕੀਤੀ ਹੋਈ ਆ ਟਾਈਮ ਹੋ ਗਿਆ ਜੀ ਗਾਇਸ 10 ਵਜੇ ਦਾ ਤੇ ਆਪਾਂ ਕੰਬਾਈਨ ਕਰਤੀ 9:30 ਵਜੇ ਚਾਲੂ ਅੱਜ ਤੇ ਆਪਾਂ ਬੈਠੇ ਹਾਂ ਟਰਾਲੀ ਥੱਲੇ ਕੰਬਾਈਨ ਚੱਲਣ ਦੀ ਆ ਕੰਬਾਈਨ ਆਉਂਦੀ ਤੁਹਾਨੂੰ ਕੰਬਾਈਨ ਵਿਖਾਉਂਦੇ ਹਾਂ ਤੇ ਕੰਬਾਈਨ ਉਹ ਉੱਤਰ ਗਈ ਜੀ 2 ਕਿੱਲਿਆਂ ਦਾ ਘੇਰਾ ਹੈ ਜਿੱਚ ਆਪਾਂ ਲੱਗੇ ਹੋਏ ਹਾਂ ਅਤੇ ਵੱਢਣ ਦੇ ਆਪਾਂ 14 ਝੋਨਾ ਜਿਹੜੇ ਜ਼ਿਮੀਂਦਾਰ ਉਹਨਾਂ ਨੂੰ ਪਤਾ ਹੈਗਾ 14 ਝੋਨਾ ਕਿਹੜਾ ਹੁੰਦਾ ਹੈ 24 ਕਿਹੜਾ ਹੁੰਦਾ ਹੈ 20 ਕਿਹੜਾ ਹੁੰਦਾ ਹੈ ਮੁੱਛਲ ਕਿਹੜਾ ਹੁੰਦਾ ਹੈ 1500 ਕਿਹੜੀ ਹੁੰਦੀ ਹੈ ਸਭ ਪਤਾ ਹੁੰਦਾ ਜ਼ਿਮੀਂਦਾਰਾਂ ਨੂੰ ਅਤੇ ਆਪਾਂ ਮੀਂਹ ਤੋਂ ਬਾਅਦ ਹੋ ਗਿਆ 4 ਦਿਨ ਚਾਲੂ ਕੀਤੀ ਨੂੰ ਅਤੇ ਯਾਰ ਬਹੁਤ ਹੀ ਬੁਰੇ ਹਾਲ ਨੇ ਚਲੋ ਹੁਣ ਤੁਹਾਨੂੰ ਦਿਖਾਉਂਦੇ ਹਾਂ ਨਾਲੇ ਤਾਂ ਚੱਲਿਆ ਮਹਿੰਦਰੀ ਟਰਾਲੀ ਲੈ ਕੇ ਸਿੰਗਲ ਟਾਇਰੀ ਕਿ ਆਸ਼ਾ ਜਾਂਦਾ ਏ ਚਲੋ ਦਿਖਾਉਣਾ ਮੈਂ ਤੁਹਾਨੂੰ ਬੈਕ ਕੈਮਰੇ ਨਾ ਉਹ ਗਾਈਸ ਆਸ਼ਾ ਲੱਗਿਆ ਸਟਾਰਟ ਹੋਣ ਆਸ਼ਾ ਕੀਤਾ ਨਹੀਂ ਸਟਾਰਟ ਕਮਾਲ ਹੋ ਗਈ ਉੱਥੇ ਪਾਉਂਦੇ ਹੋਣੇ ਨੇ ਤਾਂ ਨਹੀਂ ਕੀਤਾ ਅਤੇ ਆਹ ਚੱਲ ਰਹੀ ਆਪਣੀ ਕੰਬਾਈਨ ਅਤੇ ਚਾਚਾ ਜੀ ਚਲਾ ਰਹੇ ਨੇ ਅਤੇ ਮੈਂ ਥੱਲੇ ਬੈਠਾ ਹੋਇਆ ਏ ਯਾਰ ਨਜ਼ਾਰੇ ਲੈ ਰਹੇ ਜ਼ਿੰਦਗੀ ਦੇ ਉੱਥੇ ਪਾਏਗਾ ਦਾਣੇ ਮੈਂ ਲਾ ਲਿਆ ਹਿਸਾਬ ਇਹਦਾ ਮੈਂ ਜਦੋਂ ਵੀਡੀਓ ਬਣਾਉਣ ਲੱਗਦਾ ਨਾ ਇੰਸਟਾਗ੍ਰਾਮ ਦੇ ਅਮਰੀਤਪਾਲ ਮੋਮੀ ਮੋਮੀ ਭਰ ਕੇ ਚੈੱਕ ਕਰਿਓ ਅਤੇ ਉਦੋਂ ਹੀ ਇਹ ਬੈਕ ਕਰਦਾ ਜਦੋਂ ਮੈਂ ਵੀਡੀਓ ਬਣਾਉਣਾ ਗਾਈਸ ਅਤੇ ਵਲੋਗ ਨੂੰ ਯਾਰ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬਰ ਜ਼ਰੂਰ ਕਰ ਦਿਓ ਸ਼ੇਅਰ ਤਾਂ ਜ਼ਰੂਰ ਕਰਿਓ ਯਾਰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਕਮੈਂਟ ਕਰਕੇ ਵੀ ਦੱਸਿਆ ਕਰੋ ਕਿਵੇਂ ਦੇ ਤੁਹਾਨੂੰ ਵਲੋਗ ਲੱਗਦੇ ਆ ਯਾਰ ਆਪਾਂ ਆ ਗਏ ਕੰਬਾਈਨ ਦੇ ਉੱਪਰ ਅਤੇ ਫਲੈਟ ਲੀਵਰ ਲੱਗਾ ਆ ਕਟਰ ਲਾਉਣਾ ਆ ਉੱਤਰ ਆ ਕਟਰ ਫਲੈਟ ਆ ਜਿਵੇਂ ਦਾ ਮੋਲਾ ਗੁੱਸੇ 'ਚ ਬੈਠਾ ਹੈਗਾ ਇਸ ਮੈਂ ਮਹਿੰਦਰੀ ਜੀ ਤਾਂ ਨਹੀਂ ਛੱਡੀ ਮੈਂ ਖੁੱਭ ਜਾਣੀ ਆ ਆਪਾਂ ਲੱਗੇ ਹੋਏ ਹੁਣ ਡਿੱਗੀ ਹੋਈ 'ਚ ਅਤੇ ਡਿੱਗੀ ਹੋਈ 'ਚ ਬਹੁਤ ਜ਼ਿਆਦਾ ਮਜ਼ਾ ਆਉਂਦਾ ਜੋ ਕਿ ਤੁਸੀਂ ਵੇਖਿਆ ਟਰੈਕਟਰ ਖੁੱਭਿਆ ਅਤੇ ਕੰਬਾਈਨ ਚੱਲਣ ਦੇ ਡਿੱਗੇ ਹੋਏ 'ਚ ਪਹਿਲੇ ਆ ਅਤੇ ਹਾਈ 'ਚ ਅਤੇ ਜੌਂਡੀਅਰ ਤਾਂ ਜੌਂਡੀਅਰ ਹੋਏ ਹੋਏ ਆ ਅਤੇ ਵਿਸ਼ਾਲ ਹੀ ਵਿਸ਼ਾਲ ਦੇਖੋ ਹੁਣ ਟੈਂਕ ਖਾਲੀ ਕਰਾਂਗੇ ਗਾਈਸ ਆਪਾਂ ਚੱਕ ਦਾ ਆਪਣਾ ਉੱਗਰ ਉੱਚੇ ਕਰਕੇ ਨਾ ਟਰਾਲੀ ਥੱਲੇ ਟਿਕਾਈ ਨਾ ਲਾਉਣੀ ਪੈਂਦੀ ਆ ਵੇਟ ਉੱਚਾ ਟਰਾਲੀ ਦਾ ਵੀ ਰੋਕ ਲਓ ਆਹ ਦੇਖੋ ਗਾਈਸ ਲੈਣ ਦੇ ਨਜ਼ਾਰੇ ਹੁਣ ਜਾਵਾਂਗੇ ਉਹ ਚੱਦਾ ਡਿੱਗਾ ਅੱਧਾ ਖੜਾ ਡਿੱਗਾ ਡਿੱਗਾ ਵੜਤਾ ਟੈਂਟ ਖਾਲੀ ਚੱਲ ਜੌਂਡੀਅਰ ਆ ਵੀ ਵੱਡਾ ਹੈਗਾ ਜੀ ਥੋੜ੍ਹੇ ਦਿਨਾਂ ਤੱਕ ਨਾਲੇ ਹਰੀ ਵੀ ਆ ਪੱਕੀ ਵੀ ਆ ਦੋਵੇਂ ਕੰਮ ਹੀ ਹੋਏ ਇਹਦੇ ਡਿੱਗੀ ਹੋਈ ਜਦੋਂ ਆਪਾਂ ਕੋਈ ਨਿਊਜ਼ ਪਾਈ ਨਾ ਵੱਡਿਆ ਹੋਏ ਜਾਂਦੀ ਸ਼ੇਰ ਨਹੀਂ ਕਹਿੰਦੀ ਮੈਂ ਡਿੱਗੀ ਹੋਈ ਜੀ ਤਾਂ ਖੱਪ ਲਾ ਲਾ ਵੱਢਾਂ ਡਿੱਗੀ ਹੋਈ ਜਦੋਂ ਕਹਿੰਦੀ ਮੈਨੂੰ ਬਸ ਧੱਕੇ ਤੁਰੇ ਜਾਓ ਪਾਈ ਜਾਓ ਗੇਅਰ ਜਿੰਨੇ ਪਾਉਂਦੇ ਮਾਰੀ ਜਾਓ ਹਾਈ ਫਿਰ ਇਸ ਕਰਕੇ ਪਹਿਲਾਂ ਅੱਧਾ ਹਾਈ ਮਾਰਿਆ ਤੇ ਫਟਾਫਟ ਚੱਕਤੇ ਫੱਟੇ ਦੇਖੋ ਲੱਗ ਗਈ ਫਿਰ ਹੁਣ ਤੁਹਾਨੂੰ ਦਿਖਾਉਂਦੇ ਹਾਂ ਪਹਿਲਾ ਗੇੜਾ ਤਾਂ ਯਾਰ ਟਕਾਈ ਨਾਲ ਲਿਆਉਣਾ ਪੈਂਦਾ ਕਿਉਂਕਿ ਕਟਰ ਖੁੱਲ੍ਹ ਹੁੰਦਾ ਦੂਜੇ ਗੇੜੇ ਥੋੜ੍ਹਾ ਜਿਹਾ ਕਟਰ ਬਾਹਰ ਆ ਜਾਂਦਾ ਆਪਾਂ ਪਹਿਲੇ ਗੇੜੀ ਅੱਧਾ ਹਾਈ ਮਾਰਦੇ ਹਾਂ ਮਿਲਦੇ ਹਾਂ ਜਦੋਂ ਟਾਈਮ ਲੱਗਾ ਹੁਣ ਆਪਾਂ ਮਸ਼ੀਨ ਚਲਾ ਲਈਏ ਮਸ਼ੀਨ ਦੇ ਯਾਰ ਮੈਂ ਵੀਡੀਓ ਤਾਂ ਨਹੀਂ ਬਣਾਉਂਦਾ ਪਕਾਉਣੇ ਵੀ ਸੁਣਨੇ ਹੁੰਦੇ ਆ ਯਾਰ ਸਾਰਾ ਦਿਨ ਕੱਚ 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 ਦੀ ਆਵਾਜ਼ ਕਦੇ ਸਾਊਂਡ ਕਦੇ ਕੁਛ ਕਦੇ ਕੁਛ ਕਿਸ ਨਾ ਕੁਛ ਕਰਨਾ ਪੈਂਦਾ ਯਾਰ
ਮਿਲਦੇ ਹਾਂ ਬ੍ਰੇਕ ਤੋਂ ਬਾਅਦ, ਜਾਂ ਵੱਢ ਕੇ ਮਿਲਾਂਗੇ, ਜਾਂ ਵਿੱਚ ਮਿਲਾਂਗੇ, ਜਾਂ ਮਸ਼ੀਨ ਦੇ ਉੱਪਰ ਮਿਲਾਂਗੇ ਜੀ। ਠੀਕ ਹੈ ਗਾਇਸ, ਓਕੇ ਬਾਏ, ਮਿਲਦੇ ਹਾਂ ਆਪਾਂ। ਅੱਗੇ ਪਿੱਛੇ ਵੀ ਕਰਨੀ ਪੈਂਦੀ, ਜਿਹੜੇ ਜ਼ਿਮੀਂਦਾਰ ਹੁੰਦੇ ਆ ਉਹਨਾਂ ਨੂੰ ਸਭ ਪਤਾ। ਅਤੇ ਮੈਂ ਸੋਚਿਆ ਨਾਲੇ ਵਲੋਗ ਬਣਾ ਲਈਏ ਅਤੇ ਨਾਲੇ ਵਲੋਗ ਦਾ ਕਰ ਲਈਏ ਐਂਡ। ਅਤੇ ਗਾਇਸ ਮਿਲਦੇ ਹਾਂ ਆਪਾਂ ਇੱਕ ਅਗਲੇ ਨਵੇਂ ਮਹੀਨੇ ਇੱਕ ਵਲੋਗ ਬਣਾ ਤੇ। ਚਲੋ ਠੀਕ ਆ, ਚੈਨਲ ਨੂੰ ਲਾਈਕ ਕਮੈਂਟ ਔਰ ਸ਼ੇਅਰ ਸਬਸਕ੍ਰਾਈਬ ਅਤੇ ਮੈਨੂੰ ਕਮੈਂਟ ਕਰਕੇ ਦੱਸਦੇ ਰਿਹਾ ਕਰੋ ਯਾਰ ਕਿਵੇਂ ਲੱਗਦਾ ਤੁਹਾਨੂੰ। ਠੀਕ ਆ ਗਾਇਸ, ਸਬਸਕ੍ਰਾਈਬ ਅਤੇ ਬੈੱਲ ਯਾਰ ਜ਼ਰੂਰ ਦਬਾ ਦਿਆ ਕਰੋ, ਕਹਿਣ ਦੀ ਲੋੜ ਨਾ ਪਵੇ। ਚਲੋ ਠੀਕ ਆ ਗਾਇਸ।